ਵੈਲਕਮ ਟੂ ਖੰਨਾ ਨਿਊਜ਼ ਲਾਈਵ। ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਖੰਨਾ ਦੀ ਵਿਸ਼ੇਸ਼ ਮੀਟਿੰਗ 1000 ਸਪਾਈਸਿਸ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਚਨ ਸਿੰਘ ਠੇਕੇਦਾਰ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਖੰਨਾ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਧਰਮਪ੍ਰੀਤ ਸਿੰਘ ਸੋਹਣ ਦੇ ਪਿਤਾ ਭੁਪਿੰਦਰ ਸਿੰਘ ਸੋਹਣ ਅਤੇ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਐਸੋਸੀਏਸ਼ਨ ਵੱਲੋਂ ਪਿਛਲੇ ਲੰਬੇ ਸਮੇਂ ਦੌਰਾਨ ਕੀਤੇ ਕਾਰਜਾਂ ਅਤੇ ਆਉਣ ਵਾਲੇ ਕਾਰਜਾਂ ਦੌਰਾਨ ਸਭਾ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਸੋਹਣ ਦੀ ਹਾਜ਼ਰੀ ਵਿੱਚ ਸੈਕਟਰੀ ਗੁਰਦੇਵ ਸਿੰਘ ਲੋਟੇ ਅਤੇ ਉਹਨਾਂ ਦੀ ਟੀਮ ਵੱਲੋਂ ਐਸੋਸੀਏਸ਼ਨ ਦੀ ਸੂਬਾਈ ਪੱਧਰ 'ਤੇ ਕਰਵਾਈ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਪ੍ਰਧਾਨ ਗੁਰਬਚਨ ਸਿੰਘ ਠੇਕੇਦਾਰ ਅਤੇ ਸਮੁੱਚੀ ਕਾਰਜਕਾਰਨੀ ਨੂੰ ਸੌਂਪਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਠੇਕੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਲੰਬੇ ਸਮੇਂ ਤੋਂ ਖੰਨਾ ਸ਼ਹਿਰ ਦੇ ਬਿਲਡਿੰਗ ਠੇਕੇਦਾਰਾਂ ਦੀ ਨੁਮਾਇੰਦਗੀ ਕੀਤੀ ਜਾ ਰਹੀ ਹੈ ਅਤੇ ਹੁਣ ਐਸੋਸੀਏਸ਼ਨ ਵੱਲੋਂ ਪੰਜਾਬ ਪੱਧਰ 'ਤੇ ਬਿਲਡਿੰਗ ਠੇਕੇਦਾਰਾਂ ਨੂੰ ਨਾਲ ਲੈ ਕੇ ਉਹਨਾਂ ਦੀਆਂ ਮੰਗਾਂ ਲਈ ਕਾਰਜ ਕੀਤਾ ਜਾਏਗਾ ਅਤੇ ਭਵਿੱਖ ਵਿੱਚ ਸੰਸਥਾ ਸਮਾਜ ਸੇਵੀ ਕਾਰਜਾਂ ਵਿੱਚ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੇ ਯਤਨ ਕਰੇਗੀ। ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਭੁਪਿੰਦਰ ਸਿੰਘ ਸੋਹਣ ਨੇ ਐਸੋਸੀਏਸ਼ਨ ਦੀ ਪੰਜਾਬ ਪੱਧਰ 'ਤੇ ਹੋਈ ਰਜਿਸਟ੍ਰੇਸ਼ਨ ਲਈ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਾਂ ਕਿਰਤ ਵਿਭਾਗ ਵੱਲੋਂ ਬਿਲਡਿੰਗ ਉਸਾਮੀ ਕਾਮਿਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਬਿਲਡਿੰਗ ਕੰਸਟਰਕਸ਼ਨ ਲਈ ਕੰਮ ਕਰਦੇ ਕਾਮਿਆਂ ਨੂੰ ਕਿਰਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਅੰਤ ਵਿੱਚ ਐਸੋਸੀਏਸ਼ਨ ਦੇ ਸਕੱਤਰ ਗੁਰਦੇਵ ਸਿੰਘ ਲੋਟੇ ਨੇ ਆਏ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਸੋ ਸਾਹਿਬ, ਅੱਜ ਆਪਣੇ ਠੇਕੇਦਾਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਆ ਅਤੇ ਤੁਸੀਂ ਇੱਥੇ ਪਹੁੰਚੋ, ਕੀ ਕਹਿਣਾ ਜੀ ਇਹਨਾਂ ਵੱਲੋਂ ਰਜਿਸਟ੍ਰੇਸ਼ਨ ਨਵੀਂ ਕਰਾਈ ਗਈ ਹੈ ਅਤੇ ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਅੱਜ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਦੇ ਵੱਲੋਂ ਜਿਹੜੀ ਰਜਿਸਟ੍ਰੇਸ਼ਨ ਕਰਾਈ ਗਈ ਹੈ, ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਲੈਵਲ ਦੇ ਉੱਪਰ ਸਾਡੀ ਜਿਹੜੀ ਸੁਸਾਇਟੀ ਰਜਿਸਟਰਡ ਹੋਈ ਹੈ। ਮੈਂ ਵੀ ਇੱਕ ਬਰਾਦਰੀ ਦਾ ਮੈਂਬਰ ਹੋਣ ਕਰਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਐਡਾ ਉਪਲਬਧ ਹੋਈ ਹੈ ਕਿ ਇੱਕ ਐਸੋਸੀਏਸ਼ਨ ਸਾਡੀ ਰਜਿਸਟਰਡ ਹੋਈ ਹੈ। ਇਹ ਜੋ ਪੰਜਾਬ ਸਰਕਾਰ ਵੱਲੋਂ ਸਾਨੂੰ ਰਜਿਸਟਰ ਸਰਟੀਫਿਕੇਟ ਮਿਲਿਆ, ਉਹ ਅਸੀਂ ਸਾਡੀ ਸੰਸਥਾ ਦੇ ਜਿਹੜੇ ਪ੍ਰਧਾਨ ਨੇ ਸਾਹਿਬ ਗੁਰਬਚਨ ਸਿੰਘ ਜੀ, ਉਹਨਾਂ ਨੂੰ ਮੈਂ ਇਹਨਾਂ ਨੂੰ ਸੌਂਪ ਰਿਹਾ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਆਪਣੀ ਜਿਹੜੀ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਹੈ, ਅੱਜ ਤੋਂ ਜੋ ਸਰਕਾਰ ਦੇ ਵੱਲੋਂ ਲਾਈਆਂ ਗਈਆਂ ਆਪਣੀਆਂ ਸੇਵਾਵਾਂ ਨੇ, ਜੋ ਉਹਦੇ ਪੈਰਾਮੀਟਰ ਨੇ, ਉਸ 'ਤੇ ਆਪਣਾ ਕੰਮ ਕਰੂਗੀ ਔਰ ਆਪਣੀ ਇਸ ਐਸੋਸੀਏਸ਼ਨ ਵੱਧ ਤੋਂ ਵੱਧ ਆਪਣੇ ਖੰਨੇ ਦੇ ਵਿਕਾਸ ਲਈ ਕੰਮ ਕਰੂਗੀ ਔਰ ਗਰੀਬੀ ਤੋਂ ਉੱਠ ਕੇ ਸਾਰਿਆਂ ਦਾ ਇੱਕੋ ਜਿਹਾ ਸਨਮਾਨ ਕਰਦੇ ਹੋਏ। ਮੈਨੂੰ ਪੂਰੀ ਆਸ ਹੈ ਕਿ ਆਪਣੀ ਜਿਹੜੀ ਰਜਿਸਟ੍ਰੇਸ਼ਨ ਹੋਈ ਹੈ, ਇਹ ਸਾਡੇ ਇੱਕ ਬੜੀ ਮਾਣ ਦੀ ਗੱਲ ਹੈ। ਸਰਕਾਰ ਵੱਲੋਂ ਕਿਰਤ ਵਿਭਾਗ ਵੱਲੋਂ ਇੱਕ ਸਕੀਮਾਂ ਚਲਾਈਆਂ ਨੇ, ਜਿਹੜੇ ਲੇਬਰ ਦਾ ਕੰਮ ਕਰਦੇ ਨੇ, ਬਿਲਡਿੰਗ ਠੇਕੇਦਾਰ ਨੇ, ਉਹਨਾਂ ਲਈ ਉਹਨਾਂ ਬਾਰੇ ਵੀ ਕੀ ਕਹਿਣਾ ਜੀ ਤੁਹਾਡਾ? ਕਿਰਤ ਵਿਭਾਗ ਵੱਲੋਂ ਮਜ਼ਦੂਰਾਂ ਦੀ ਅਤੇ ਠੇਕੇਦਾਰਾਂ ਦੀ ਇੱਕ ਰਜਿਸਟ੍ਰੇਸ਼ਨ ਚੱਲ ਰਹੀ ਹੈ, ਜਿਹਦੇ ਵਿੱਚ ਉਹ ਕਿਰਤ ਵਿਭਾਗ ਵੱਲੋਂ ਉਹਨਾਂ ਨੂੰ ਉਹਦੇ ਕਾਰਡ ਬਣਾਏ ਜਾ ਰਹੇ ਨੇ। ਪਿਛਲੇ ਕਾਫੀ 2 ਸਾਲਾਂ ਤੋਂ ਮੇਰੀ ਸਰਕਾਰ ਆਉਣ ਤੋਂ ਬਾਅਦ ਕਾਫੀ ਕਾਰਡ ਖੰਨੇ ਦੇ ਵਿੱਚ ਬਣਾ ਚੁੱਕੇ ਹਾਂ ਅਸੀਂ, ਤਕਰੀਬਨ 2,500 ਕਾਰਡ ਬਣ ਚੁੱਕੇ ਲੇਬਰ ਦੇ। ਮੈਂ ਠੇਕੇਦਾਰ ਮਜ਼ਦੂਰਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਆਪਣੇ ਜਦੋਂ ਕਿੱਤੇ ਕਰਦੇ ਹਾਂ, ਕੋਈ ਵੀ ਅਸੀਂ ਮਾੜੇ ਅਣਸਖਾਵੀ ਘਟਨਾ ਵਾਪਰਦੀ ਹੈ ਤਾਂ ਤੁਹਾਨੂੰ ਸਰਕਾਰ ਵੱਲੋਂ ਕੋਈ ਮਦਦ ਮਿਲ ਸਕੇ, ਤੁਸੀਂ ਕਿਰਤ ਵਿਭਾਗ ਵੱਲੋਂ ਬਣਾਏ ਜਿਹੜੇ ਕਾਰਡ ਨੇ ਉਹ ਬਣਵਾਓ। ਜੇ ਨਹੀਂ ਬਣਵਾਏ ਤਾਂ ਜਿਹੜੇ ਬੰਦੇ ਨੇ ਨਹੀਂ ਬਣਾਏ ਉਹ ਵੀ ਇਸ ਦਾਇਰੇ ਦੇ ਵਿੱਚ ਆ ਕੇ ਆਪਣਾ ਰਜਿਸਟ੍ਰੇਸ਼ਨ ਕਰਾਉਣ, ਤਾਂ ਕਿ ਜਿਹੜਾ ਗਰੀਬ ਆਦਮੀ ਹੈ ਜੋ ਬੜਾ ਇਲਾਜ ਨਹੀਂ ਕਰਾ ਸਕਦਾ, ਉਸ ਨੂੰ ਸਰਕਾਰ ਦੇ ਵੱਲੋਂ ਦਿੱਤੇ ਗਏ ਜਿਹੜੇ ਇਹ ਬੈਨੀਫਿਟ ਨੇ ਉਹ ਲੈ ਸਕਣ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਆਪਣਾ ਕੀ ਕਹਿਣਾ ਜੀ ਤੁਹਾਡਾ ਅੱਜ ਦੀ ਮੀਟਿੰਗ ਪਹੁੰਚਣ ਦਾ? ਪਹਿਲਾਂ ਤਾਂ ਅਸੀਂ ਟੀ ਵੀ ਚੈਨਲ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਆ ਕੇ ਮੌਕੇ 'ਤੇ ਬਾਈਟ ਲੈ ਕੇ ਸਾਰੇ ਖੰਡੇ ਨੂੰ ਇਸ ਦਾ ਪਤਾ ਲੱਗ ਸਕੇ। ਅਤੇ ਇਹ ਠੇਕੇਦਾਰ ਮਜ਼ਦੂਰ ਐਸੋਸੀਏਸ਼ਨ ਦੇ ਜੋ ਪਲਾਂਗਾ ਪੱਟੀਆਂ ਨੇ ਪਹਿਲਾਂ ਖੰਡੇ ਵਿੱਚ ਸੀ ਅਤੇ ਹੁਣ ਇਹਨਾਂ ਨੇ ਸਾਰੇ ਪੰਜਾਬ ਦੀ ਇਹਨਾਂ ਨੇ ਰਜਿਸਟ੍ਰੇਸ਼ਨ ਕਰਾ ਲਈ ਆ, ਜਿੱਥੇ ਮਰਜ਼ੀ ਕੰਮ ਕਰ ਸਕਦੇ ਨੇ, ਸਾਰਾ ਭਾਈਚਾਰਾ ਰਲ ਮਿਲ ਕੇ ਕੰਮ ਕਰ ਸਕਦੇ ਨੇ। ਸੌਂਤ ਸਾਹਿਬ ਵੀ ਇੱਥੇ ਪਹੁੰਚ ਰਹੇ ਤੇ ਕੀ ਕਹਿਣਾ ਜੀ ਤੁਸੀਂ ਅੱਜ ਦੀ ਮੀਟਿੰਗ ਦੇ ਵਿੱਚ ਇਹਨਾਂ ਦੇ ਆਉਣ ਦਾ? ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨਾਂ ਦਾ, ਸਾਡੇ ਮੌਕੇ ਤੇ ਪਹੁੰਚ ਗਏ, ਯੂਨੀਅਨ ਚ ਮੀਟਿੰਗ ਦੇ ਵਿੱਚ ਆਏ। ਆਪਣੇ ਕੀ ਨਵਾਂ ਕੰਮ ਕੀਤਾ, ਰਜਿਸਟ੍ਰੇਸ਼ਨ ਕਰਾਈ ਆ, ਉਹਦੇ ਬਾਰੇ ਕੀ ਕਹਿਣਾ ਜੀ ਤੁਹਾਡਾ? ਨਵਾਂ ਆਪਾਂ ਸਰਟੀਫਿਕੇਟ ਬਣਵਾਇਆ ਜੀ। ਓਕੇ ਜੀ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।